ਗੁਜਰਾਤ ਦੀ ਵਿਵਾਦਿਤ ਕੁੜੀ ਅਰਚਨਾ ਮਕਵਾਨਾ ਅੱਜ ਅੰਮ੍ਰਿਤਸਰ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਸ਼ਾਮਲ ਹੋ ਗਈ ਹੈ। ਅਗਰ ਉਹ ਜਾਂਚ ਦੇ ਵਿੱਚ ਸ਼ਾਮਲ ਨਾ ਹੁੰਦੀ ਤਾਂ ਉਹਨੂੰ ਤੁਰੰਤ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਅਤੇ 7 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਲੇਕਿਨ ਫਿਲਹਾਲ ਉਹ ਜਾਂਚ ਵਿੱਚ ਸ਼ਾਮਲ ਹੋ ਚੁੱਕੀ ਆ। ਉਹਨਾਂ ਨੇ ਜੋ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ 'ਚ ਔਨਲਾਈਨ ਹੀ ਉਹਨੇ ਆਪਣਾ ਜਿਹੜੀ ਸਟੇਟਮੈਂਟ ਆ ਦਰਜ ਕਰਵਾ ਦਿੱਤੀ ਹੈ। ਹਾਲਾਂਕਿ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਆ ਕੇ ਆਪਣੀ ਸਟੇਟਮੈਂਟ ਨਹੀਂ ਰਿਕਾਰਡ ਕਰਵਾਈ, ਔਨਲਾਈਨ ਹੀ ਉਹਨੇ ਆਪਣੀ ਜਾਂਚ ਵਿੱਚ ਸ਼ਾਮਲ ਹੋਣ ਵਾਸਤੇ ਸਟੇਟਮੈਂਟ ਰਿਕਾਰਡ ਕਰਾ ਦਿੱਤੀ ਹੈ। ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ 'ਤੇ ਚਰਚਾ 'ਚ ਆਈ ਅਰਚਨਾ ਮਕਵਾਨਾ, ਜੋ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਦੀ ਖਾਸਮ ਖਾਸ ਅਰਚਨਾ ਮਕਵਾਨਾ ਨੂੰ ਪੰਜਾਬ ਪੁਲਿਸ ਵੱਲੋਂ ਜਾਂਚ ਸ਼ਾਮਲ ਹੋਣ ਵਾਸਤੇ ਜਿਹੜਾ ਨੋਟਿਸ ਪੀਰੀਅਡ ਦਿੱਤਾ ਗਿਆ ਸੀ, ਅੱਜ ਉਸ ਦੇ ਮਸਲੇ ਦੇ ਵਿੱਚ ਅਰਚਨਾ ਮਕਵਾਨਾ ਜਾਂਚ ਸ਼ਾਮਲ ਹੋ ਗਈ ਆ। ਉਹਨਾਂ ਨੇ ਆਪਣੀ ਔਨਲਾਈਨ ਆਪਣੀ ਸਟੇਟਮੈਂਟ ਭੇਜ ਦਿੱਤੀ ਆ। ਇਸ ਸੰਬੰਧ ਵਿੱਚ ਅੰਮ੍ਰਿਤਸਰ ਪੁਲਿਸ ਦੀ ADCP ਦਰਪਣ ਆਲੂਵਾਲੀਆ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 7 ਸਾਲ ਤੋਂ ਘੱਟ ਜਿਸ ਕੇਸ ਵਿੱਚ ਸਜ਼ਾ ਹੁੰਦੀ ਆ ਉਸ ਵਿੱਚ ਜਾਂਚ 'ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਜਾਂਦਾ ਹੈ। ਅਰਚਨਾ ਜਾਂਚ ਵਿੱਚ ਸ਼ਾਮਲ ਹੋ ਗਈ ਆ, ਉਹਨਾਂ ਆਪਣੀ ਔਨਲਾਈਨ ਸਟੇਟਮੈਂਟ ਭੇਜੀ ਹੈ। ਇਹ ਕੇਸ ਥਾਣਾ ਕੋਤਵਾਲੀ ਦਾ ਹੈ ਜਿੱਥੇ ਜਿਹੜੀ ਆ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਉਸ ਤੋਂ ਬਾਅਦ ਉਹਨੂੰ ਨੋਟਿਸ ਭੇਜਿਆ ਗਿਆ। ਸਟੇਟਮੈਂਟ ਵਿੱਚ ਉਸ ਵਿੱਚ ਕੀ ਕਿਹਾ, ਕੀ ਕੁਝ ਉਹਨੇ ਕਿਹਾ, ਇਸ ਬਾਰੇ ਇਹ ਸਟੇਟਮੈਂਟ ਉਹਨੂੰ ਜਿਹੜੀ ਆ ਜਨਤਕ ਨਹੀਂ ਕੀਤਾ ਜਾ ਸਕਦਾ, ਪਰ ਇਸ ਮਾਮਲੇ ਦੀ ਬੜੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਅਗਰ ਅਰਚਨਾ ਮਕਵਾਨਾ ਕਸੂਰਵਾਰ ਹੋਈ ਤਾਂ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਅਰਚਨਾ ਮਕਵਾਨਾ ਜੋ ਇੱਕ ਹਫ਼ਤੇ ਪਹਿਲਾਂ 26 ਜੂਨ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਭੇਜੇ ਗਏ ਨੋਟਿਸ ਦਾ ਜਿਹੜਾ ਨੋਟਿਸ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਉਹਨੂੰ ਅੰਮ੍ਰਿਤਸਰ ਪੁਲਿਸ ਦੇ ਸਾਹਮਣੇ ਪੇਸ਼ ਹੋਣ ਵਾਸਤੇ 30 ਜੂਨ ਨੂੰ ਪੇਸ਼ ਹੋਣ ਵਾਸਤੇ ਆਪਣਾ ਪੱਖ ਰੱਖਣਾ ਚਾਹੀਦਾ ਸੀ, ਲੇਕਿਨ ਉਹ ਨਹੀਂ ਆਈ। ਇਸ ਤੋਂ ਬਾਅਦ 10 ਜੁਲਾਈ ਨੂੰ ਉਹਨੇ ਆਪਣਾ ਜਿਹੜਾ ਪੱਖ ਆ ਉਹ ਔਨਲਾਈਨ ਭੇਜ ਦਿੱਤਾ ਹੈ। ਦਰਅਸਲ ਅਰਚਨਾ ਮਕਵਾਨਾ ਨੇ ਇੰਟਰਨੈਸ਼ਨਲ ਯੋਗਾ ਦਿਵਸ ਯਾਨੀ 21 ਮਈ ਦੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਆ ਕੇ ਯੋਗ ਕਰਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਸੀ। ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ 2 ਪੋਸਟਾਂ ਵੀ ਸਾਂਝੀਆਂ ਕੀਤੀਆਂ। ਇਹਨਾਂ ਵਿੱਚ ਉਹਨੇ ਧਿਆਨ ਜਿਹੜਾ ਵਾ ਯੋਗਾ ਕਰਦੇ ਹੋਏ ਅਤੇ ਕੁਝ ਉਸ ਆਸਣ ਕਰਦੀ ਦਿਖਾਈ ਦੇ ਰਹੀ ਸੀ। ਇਹ ਆਸਣ ਜਿਹੜੇ ਯੋਗ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੀਤਾ ਸੀ। ਜਿਸ ਤੋਂ ਬਾਅਦ ਜਦੋਂ ਇਹ ਤਸਵੀਰਾਂ ਵਾਇਰਲ ਹੋਈਆਂ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੇ ਖਿਲਾਫ਼ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ। ਮੁਕੱਦਮੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਨੇ ਲਿਖਵਾਇਆ ਸੀ ਕਿ 22 ਜੂਨ 2024 ਨੂੰ ਅਸੀਂ ਡਿਊਟੀ 'ਤੇ ਮੌਜੂਦ ਸੀ ਅਤੇ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਅਰਚਨਾ ਮਕਵਾਨਾ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਨੇੜੇ ਕੁਝ ਅਜਿਹੀਆਂ ਇਤਰਾਜ਼ਯੋਗ ਫੋਟੋਆਂ ਖਿਚਵਾਈਆਂ ਅਤੇ ਜਾਣ ਬੁੱਝ ਕੇ ਵਾਇਰਲ ਕੀਤੀਆਂ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਇਹ ਵੀ ਦੱਸਿਆ ਕਿ CCTV ਕੈਮਰਿਆਂ ਦੀ ਜਾਂਚ ਤੋਂ ਪਤਾ ਚੱਲਿਆ ਕਿ ਇਸ ਕੁੜੀ ਨੇ ਯੋਗ ਕਰਨ ਦੀ ਹਰਕਤ ਕੇਵਲ 5 ਸੈਕਿੰਡ ਵਿੱਚ ਹੀ ਪੂਰੀ ਕਰ ਕੀਤੀ ਸੀ। ਇਸ ਦੌਰਾਨ ਉੱਥੇ 3 ਸੁਰੱਖਿਆ ਕਰਮਚਾਰੀ ਵੀ ਸੀ ਜਿਨ੍ਹਾਂ ਨੂੰ ਸ਼ੁਰੂਆਤੀ ਜਾਂਚ ਦੇ ਦੌਰਾਨ ਸਸਪੈਂਡ ਕਰ ਦਿੱਤਾ ਗਿਆ, ਜਦਕਿ ਇੱਕ ਕਰਮਚਾਰੀ ਨੂੰ ₹5,000 ਜੁਰਮਾਨਾ ਲਾ ਕੇ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨਗਰ ਵਿੱਚ ਟ੍ਰਾਂਸਫਰ ਕਰ ਦਿੱਤਾ। ਪਰ ਇਸ ਗੁਜਰਾਤ ਦੀ ਕੁੜੀ ਨੇ ਇਹ ਜਿਹੜੀਆਂ ਵੀਡੀਓ ਉੱਥੇ ਖਿੱਚੀਆਂ ਸੀ, ਯੋਗ ਆਸਣ ਕੀਤਾ ਹੈ, ਉਸ ਤੋਂ ਬਾਅਦ
ਇਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਮਕੀ ਵੀ ਦਿੱਤੀ ਸੀ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਸ਼ਿਕਾਇਤ ਵਾਪਸ ਨਾ ਲਈ ਤਾਂ ਫਿਰ ਉਹ ਕਾਨੂੰਨੀ ਤਿਆਰੀ ਕਰਨ, ਕਾਨੂੰਨੀ ਕੇਸ ਲੜਨ ਦੀ ਤਿਆਰੀ ਰਹਿਣ। ਲੇਕਿਨ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਡਟੀ ਰਹੀ। ਇਸ ਕੁੜੀ ਨੇ ਜਾਣਬੁੱਝ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਹਾ ਕਿ ਵਿਵਾਦ ਖੜ੍ਹਾ ਕੀਤਾ ਗਿਆ, ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਯੋਗ ਆਸਨ ਨਹੀਂ ਕੀਤਾ ਜਾ ਸਕਦਾ। ਔਰ ਇਸ ਕੁੜੀ ਨੇ ਜਾਣ ਕੇ ਹੀ 21 ਮਈ ਇੰਟਰਨੈਸ਼ਨਲ ਯੋਗਾ ਡੇ ਦਾ ਦਿਨ ਜੁਣਿਆ, ਗੁਜਰਾਤ ਤੋਂ ਦਿੱਲੀ ਪਹੁੰਚੀ ਔਰ ਦਿੱਲੀ ਤੋਂ ਫਿਰ ਸਪੈਸ਼ਲ ਸਿਰਫ ਅਤੇ ਸਿਰਫ ਯੋਗ ਆਸਨ ਕਰਨ ਹੀ ਆਈ ਸੀ ਤਾਂ ਜੋ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਵੇ। ਉਸ ਤੋਂ ਬਾਅਦ ਇਹਨੇ ਮਾਫ਼ੀ ਵੀ ਮੰਗ ਲਈ ਸੀ, ਫਿਰ ਇਹਨੇ ਕਿਹਾ ਕਿ ਮੇਰੇ ਨਾਲ ਗਲਤ ਹਰਕਤਾਂ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਸ ਤੋਂ ਬਾਅਦ ਵੀ ਇਸਨੇ ਕੁੜੀ ਨੇ ਧਮਕੀ ਦਿੱਤੀ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਕਾਨੂੰਨੀ ਲੜਾਈ ਲੜਨ ਨੂੰ ਤਿਆਰ ਹਾਂ। ਪਰ ਉਸ ਤੋਂ ਬਾਅਦ ਜਦੋਂ ਇਹਨੂੰ ਧਮਕੀ ਆਈਆਂ ਤਾਂ ਇਸ ਨੂੰ ਫਿਰ ਗੁਜਰਾਤ ਪੁਲਿਸ ਨੇ ਸਿਕਿਉਰਿਟੀ ਵੀ ਮੁਹੱਈਆ ਕਰਵਾ ਦਿੱਤੀ ਗਈ ਸੀ, ਜਿਸ ਦਾ ਇਸ ਕੁੜੀ ਨੇ ਸ਼ੁਕਰੀਆ ਵੀ ਕੀਤਾ। ਲੇਕਿਨ ਸਪਸ਼ਟ ਹੋ ਚੁੱਕਾ ਸੀ ਕਿ ਇਸ ਕੁੜੀ ਦੀ ਜਾਣਬੁੱਝ ਕੇ ਇੱਕ ਸਾਜ਼ਿਸ਼ ਸੀ, ਸ਼ਰਾਰਤ ਸੀ, ਤਾਂ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਵੇ, ਜਿਸ ਕਰਕੇ ਸਪੈਸ਼ਲ ਇਹਨੇ ਸ਼੍ਰੀ ਦਰਬਾਰ ਸਾਹਿਬ ਆ ਕੇ ਯੋਗ ਆਸਨ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਇਹ ਕਈ ਮੰਦਰਾਂ ਦੇ ਵਿੱਚ ਗਈ ਹੈ, ਲੇਕਿਨ ਉੱਥੇ ਜਿੰਨੀਆਂ ਵੀ ਇਹਦਾ ਇੰਸਟਾਗ੍ਰਾਮ ਪੇਜ ਲੋਕਾਂ ਨੇ ਚੈੱਕ ਕੀਤਾ, ਕਿਸੇ ਵੀ ਮੌਕੇ ਇਹਨੇ ਕਦੀ ਵੀ ਕਿਸੇ ਵੀ ਮੰਦਰ ਦੇ ਦੁਆਲੇ ਜਾਂ ਮੰਦਰ ਦੇ ਸਾਹਮਣੇ ਜਾਂ ਮੰਦਰ ਦੀ ਪ੍ਰਕਰਮਾ ਦੇ ਵਿੱਚ ਕਦੀ ਵੀ ਯੋਗ ਆਸਨ ਨਹੀਂ ਕੀਤਾ। ਹਾਲਾਂਕਿ ਇੰਟਰਨੈਸ਼ਨਲ ਯੋਗਾ ਡੇ 2014 ਤੋਂ ਮਨਾਇਆ ਜਾਣ ਲੱਗਾ ਵੱਡੇ ਪੱਧਰ 'ਤੇ, ਜਦੋਂ ਤੋਂ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਸੀ। 2014 ਤੋਂ ਲੈ ਕੇ 2024 ਤੱਕ ਇਸ ਕੁੜੀ ਨੇ ਕਿਸੇ ਵੀ ਮੰਦਰ ਦੇ ਅੰਦਰ ਜਾਂ ਹੋਰ ਕਿਸੇ ਧਾਰਮਿਕ ਸਥਾਨ ਦੇ ਅੰਦਰ ਜਾਂ ਬਾਹਰ ਯੋਗ ਆਸਨ ਨਹੀਂ ਕੀਤਾ ਹੈਗਾ। ਲੇਕਿਨ ਇਹਦੇ ਇੰਸਟਾਗ੍ਰਾਮ ਜਿਹੜੇ ਸੋਸ਼ਲ ਮੀਡੀਆ ਪੇਜ ਉੱਥੋਂ ਸਾਫ਼ ਦੇਖਿਆ ਜਾ ਸਕਦਾ ਹੈਗਾ ਕਿ ਇਹ ਭਗਵਾਨ ਸ਼ਿਵ ਜੀ ਦੀ ਭਗਤਾਂ ਆ। ਲੇਕਿਨ ਉੱਥੇ ਵੀ ਕਦੀ ਇਹਨੇ ਯੋਗਾ ਨਹੀਂ ਕੀਤਾ, ਲੇਕਿਨ ਇਹ ਮੰਨਿਆ ਜਾ ਰਿਹਾ ਹੈਗਾ ਕਿ ਇਸਨੇ ਜਾਣਬੁੱਝ ਕੇ ਆ ਕੇ ਸ਼ਰਾਰਤ ਕੀਤੀ ਹੈ। ਉਹ ਇੱਕ ਸਾਜਿਸ਼ ਦਾ ਹਿੱਸਾ, ਜਿਸ ਦੇ ਚੱਲਦਿਆਂ ਇਹਨੇ ਅੱਜ ਆਪਣੀ ਔਨਲਾਈਨ ਜਿਹੜੀ ਸਟੇਟਮੈਂਟ ਆ ਉਹ ਦਰਜ ਕਰਵਾ ਦਿੱਤੀ ਆ। ਇਹ ਅੰਮ੍ਰਿਤਸਰ ਪੁਲਿਸ ਦੀ ADCP ਡਾਕਟਰ ਦਰਪਨ ਆਲੂਵਾਲੀਆ ਦਾ ਕਹਿਣਾ, ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਇਹ ਜਿਹੜੀ ਲੜਕੀ ਆ ਜਿਸਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ, ਅਤੇ ਅਗਰ ਜਾਂਚ ਦੇ ਅਗਰ ਕਸੂਰ ਪਾਇਆ ਗਿਆ ਤਾਂ ਜਾਂਚ ਤੋਂ ਬਾਅਦ ਇਹਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਅੰਮ੍ਰਿਤਸਰ ਪੁਲਿਸ ਨੇ ਕਿਹਾ ਕਿ ਇਹ ਅਰਚਨਾ ਮਕਵਾਨਾ ਜਾਂਚ ਵਿੱਚ ਸ਼ਾਮਿਲ ਹੋ ਚੁੱਕੀ ਹੈ ਔਰ ਉਸਨੇ ਆਪਣਾ ਔਨਲਾਈਨ ਬਿਆਨ ਭੇਜ ਦਿੱਤਾ। ਸ਼੍ਰੀ ਦਰਬਾਰ ਸਾਹਿਬ 'ਚ ਯੋਗਾ ਡੇ ਵਾਲੇ ਦਿਨ ਯੋਗ ਕਰਨ ਵਾਲੀ ਇਸ ਵਿਵਾਦਿਤ ਕੁੜੀ ਦੀਆਂ ਬਹੁਤ ਸਾਰੀਆਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਨਾਲ ਵੀ ਬਾਅਦ 'ਚ ਤਸਵੀਰਾਂ ਵਾਇਰਲ ਹੋਈਆਂ ਨੇ। ਹਾਲਾਂਕਿ ਅੰਮ੍ਰਿਤਸਰ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਉਸਦੇ ਵੱਲੋਂ ਔਨਲਾਈਨ ਭੇਜੀ ਸਟੇਟਮੈਂਟ ਜਨਤਕ ਤੌਰ 'ਤੇ ਜਿਹੜੀ ਆ ਉਹ ਜਗ ਜ਼ਾਹਰ ਨਹੀਂ ਕੀਤੀ ਜਾ ਸਕਦੀ ਹੈਗੀ। ਪਰ ਉਹਨਾਂ ਜ਼ਰੂਰ ADCP ਦਰਪਨ ਆਲੂਵਾਲੀਆ ਨੇ ਕਿਹਾ ਕਿ 7 ਸਾਲ ਜਿਸ ਕੇਸ ਦੇ ਵਿੱਚ ਸਜ਼ਾ ਹੁੰਦੀ ਹੈ ਉਹਦੇ 'ਚ ਜਾਂਚ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਭੇਜਿਆ ਜਾਂਦਾ, ਅਤੇ ਜਿਸ ਦੇ ਚੱਲਦਿਆਂ ਅਰਚਨਾ ਮਕਵਾਨਾ ਔਨਲਾਈਨ ਜਾਂਚ ਵਿੱਚ ਸ਼ਾਮਿਲ ਹੋ ਗਏ ਨੇ ਔਰ ਇਸ ਤੋਂ ਇਲਾਵਾ ਉਹਨੇ ਆਪਣੀ ਔਨਲਾਈਨ ਸਟੇਟਮੈਂਟ ਭੇਜ ਦਿੱਤੀ ਹੈ। ਇਹ ਥਾਣ ਕੇਸ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਕੋਤਵਾਲੀ ਦੇ ਵਿੱਚ ਦਰਜ ਆ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਵੱਲੋਂ ਕਰਵਾਇਆ ਗਿਆ। ਅਤੇ ਪੁਲਿਸ ਦਾ ਇਹ ਮੰਨਣਾ ਕਿ ਜਿਹੜੀ ਸਟੇਟਮੈਂਟ ਆ ਉਹ ਸਰਵਜਨਕ ਨਹੀਂ ਕੀਤੀ ਜਾ ਸਕਦੀ, ਪਰ ਮਾਮਲਾ ਡੂੰਘਾਈ ਨਾਲ ਜਾਂਚ ਕੀਤਾ ਜਾ ਰਿਹਾ। ਅਗਰ ਅਰਚਨਾ ਮਕਵਾਨਾ ਕਸੂਰਵਾਰ ਪਾਈ ਗਈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਊਗਾ।
ਇਹ ਵੀ ਮੰਨਣਾ ਹੈਗਾ ਕਿ ਗ੍ਰਿਫਤਾਰ ਕਰਨ ਵਾਸਤੇ ਉਹਨੂੰ ਗੁਜਰਾਤ ਪੁਲਿਸ ਵੀ ਪੰਜਾਬ ਪੁਲਿਸ ਨੂੰ ਜਾਣਾ ਪਏਗਾ। ਲੇਕਿਨ ਅਗਰ ਕਿਉਂਕਿ ਜਿਹੜੇ ਨੋਨ ਅਵੇਲੇਬਲ ਨੇ ਅਫੈਂਸ ਜਿਹਦੇ ਚੱਲਦੇ ਅਰਚਨਾ ਮਕਵਾਨਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਦਰਵਾਜ਼ਾ ਖੜਕਾਉਣਾ ਪਊਗਾ ਬੇਲ ਵਾਸਤੇ, ਜਾਂ ਉਸ ਤੋਂ ਪਹਿਲਾਂ ਅੰਮ੍ਰਿਤਸਰ ਕੋਰਟ ਦਾ ਰੁੱਖ ਕਰਨਾ ਪਊਗਾ। ਲੇਕਿਨ ਫਿਲਹਾਲ 26 ਜਾਣਕਾਰੀ ਦੇ ਦੇ ਕਿ 26 ਜੂਨ ਨੂੰ ਪਹਿਲਾਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਵੱਲੋਂ ਉਹਨੂੰ ਨੋਟਿਸ ਭੇਜਿਆ ਗਿਆ ਸੀ, ਲੇਕਿਨ ਉਹ ਨਹੀਂ ਬੌੜੀ ਜਵਾਬ ਦੇਣਾ। ਉਸ ਤੋਂ ਬਾਅਦ ਫਿਰ 30 ਜੂਨ ਤੱਕ ਉਹਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ ਸੀ, ਇਸ ਦੇ ਬਾਵਜੂਦ ਉਹਨੇ ਆਪਣਾ ਸਟੇਟਮੈਂਟ ਨਹੀਂ ਦਿੱਤੀ। ਇਸ ਤੋਂ ਬਾਅਦ ਅੱਜ ਦੇ ਦਿਨ ਮਤਲਬ 10 ਜੁਲਾਈ ਨੂੰ ਉਹਨੂੰ ਆਪਣਾ ਪੱਖ ਰੱਖਣ ਵਾਸਤੇ ਆਖਰੀ ਵਾਰ ਸਮਾਂ ਦਿੱਤਾ ਗਿਆ ਸੀ, ਜਿਹਦੇ ਚੱਲਦਾ ਉਹਨੇ ਆਪਣੀ ਔਨਲਾਈਨ ਸਟੇਟਮੈਂਟ ਦਰਜ ਕਰਵਾ ਦਿੱਤੀ ਹੈ। ਫਿਲਹਾਲ ਦੇਖਦੇ ਹਾਂ ਕਿ ਅੰਮ੍ਰਿਤਸਰ ਪੁਲਿਸ ਕਿੰਨੀ ਡੂੰਘਾਈ ਦੇ ਨਾਲ ਕੰਮ ਕਰਦੀ ਹੈ ਅਤੇ ਇਹੋ ਜਿਹੇ ਲੋਕ ਅਰਚਨਾ ਮਕਵਾਨਾ ਜੋ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਦੇ ਨੇ ਉਹ ਲੋਕ ਕਦੋਂ ਗ੍ਰਿਫਤਾਰ ਹੋਣਗੇ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦਾ ਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।